ਜੀ ਹਾਂ ਸਰ ਆਪਣਾ ਨਾਮ ਦੱਸ ਕੇ ਅੱਜ ਜਿਹੜੀ ਮੀਟਿੰਗ ਹੋਈ ਸੀ ਤੁਹਾਡੇ ਨਾਲ ਕੀ ਮੀਟਿੰਗ ਹੋਈ ਔਰ ਕਿਹਦੇ ਕਰਕੇ ਅੱਜ ਜਿਹੜੀ ਮੀਟਿੰਗ ਦਾ ਮੈਂ ਦਮਨਦੀਪ ਸਿੰਘ ਕੌਂਸਲਰ ਵਾਰਡ ਨੰਬਰ 26 ਤੋਂ ਇਹ ਸਾਡੇ ਜਸਵਿੰਦਰ ਸਿੰਘ ਲਾਡੋ ਪਹਿਲਵਾਨ ਜੀ ਕੌਂਸਲਰ ਵਾਰਡ ਨੰਬਰ 22 ਤੋਂ ਰਜੇਸ਼ ਮੈਦਾਨ ਜੀ ਵਾਰਡ ਨੰਬਰ 32 ਤੋਂ ਸਾਡੇ ਕੌਂਸਲਰ ਅਮਰ ਪਹਿਲਵਾਨ ਜੀ ਵਾਰਡ ਨੰਬਰ 25 ਤੋਂ ਕੌਂਸਲਰ ਇਹ ਸਾਡੇ ਸਰਪੰਚ ਸਾਹਿਬ ਨੇ ਮੂਦਲ ਤੋਂ ਅੱਜ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਈਸਟ ਦੀ ਜਿਹੜੀ ਡਿਵੈਲਪਮੈਂਟ ਉਹਦੇ ਕੰਮਾਂ ਨੂੰ ਲੈ ਕੇ ਸਿੱਧੂ ਸਾਹਿਬ ਨੇ ਮੀਟਿੰਗ ਸੱਦੀ ਸੀ ਔਰ ਸਾਰੇ ਹੀ ਕੌਂਸਲਰ ਔਰ ਸਰਪੰਚ ਔਰ ਈਸਟ ਹਲਕੇ ਦੇ ਲੋਕ ਜਿਹੜੇ ਜਿਹੜੀਆਂ ਵੀ ਡਿਵੈਲਪਮੈਂਟ ਦੀਆਂ ਕੋਈ ਕਮੀਆਂ ਬਾਕੀ ਰਹਿ ਗਈਆਂ ਨੇ ਉਹ ਕੰਮ ਕਰਾਉਣ ਵਾਸਤੇ ਅੱਜ ਕੌਂਸਲਰਾਂ ਨੂੰ ਜਿਹੜਾ ਆ ਉਹਨਾਂ ਨੇ ਫੰਡ ਜਿਹੜੇ ਨੇ ਉਹ ਪੁੱਛਿਆ ਵੀ ਕਿੰਨੇ ਕਿੰਨੇ ਕੰਮ ਜਿਹੜੇ ਤੁਹਾਡੇ ਪੈਂਡਿੰਗ ਆ ਵੀ ਉਹ ਕਰਾ ਲਓ ਅਤੇ ਉਹ ਅਫਸਰਾਂ ਨੂੰ ਹੁਕਮ ਕੀਤਾ ਵੀ ਇਹਨਾਂ ਦੇ ਕੰਮ ਜਿਹੜੇ ਉਹ ਕਰ ਦਿੱਤੇ ਜਾਣ। ਉਹ 2022 ਦੀ ਇਲੈਕਸ਼ਨ ਆਉਣ ਵਾਲੀ ਹੈ, ਕਿਸ ਤਰ੍ਹਾਂ ਮਤਲਬ ਤਿਆਰੀਆਂ ਜਿਹੜੀਆਂ ਉਹਦੀਆਂ ਕੀਤੀਆਂ ਜਾ ਰਹੀਆਂ? ਉਹ ਤਾਂ ਵੇਖੋ ਜੀ ਕੌਂਸਲਰਾਂ ਦਾ ਕਰਮ ਤਿਆ ਸੇਵਾ ਕਰਨੀ, ਕੰਮ ਕਰਨਾ ਅਤੇ ਫਲ ਦੇਣਾ ਰੱਬ ਨੇ। ਸੋ ਅਸੀਂ ਹੁਣ ਕੌਂਸਲਰ ਜਿਹੜੇ ਅਸੀਂ ਆਲਰੇਡੀ ਲੱਗੇ ਹਾਂ ਅਤੇ ਅਸੀਂ ਆਪਣਾ ਫਰਜ਼ ਨਿਭਾਉਣ ਡੇ ਹਾਂ, ਸੇਵਾ ਕਰਨ ਡੇ ਹਾਂ। ਜਿੱਥੇ ਕੋਈ ਸੀਵਰ ਪੈਣ ਵਾਲਾ, ਪਾਣੀ ਦੀ ਪੈਪ ਪੈਣ ਵਾਲੀ ਆ, ਕੋਈ ਬਾਜ਼ਾਰ ਬਣਨ ਵਾਲਾ, ਗਲੀ ਬਣਨ ਵਾਲੀ ਆ, ਉਹ ਕੰਮ ਅਸੀਂ ਪੂਰੇ ਕਰਨ ਡੇ ਹਾਂ ਕਿਉਂਕਿ ਜਿਹੜਾ ਪਹਿਲਾਂ ਸਾਡਾ ਫਰਜ਼ ਆ ਅਸੀਂ ਉਹਨੂੰ ਪੂਰਾ ਕਰੀਏ ਅਤੇ ਫਿਰ ਹੀ ਕੋਈ ਅਗਲੀ ਗੱਲ ਕਰ ਸਕਦੇ ਹਾਂ। ਜਦੋਂ ਕੰਮ ਕੀਤੇ ਹੋਣਗੇ ਤਾਂ ਆਪੇ ਲੋਕ ਵੀ ਸਾਥ ਦੇਣਗੇ। ਸੋ ਇਸ ਕਰਕੇ ਅਸੀਂ ਡਿਵੈਲਪਮੈਂਟ ਜਿਹੜੀ ਆ ਚਾਹੁੰਦੇ ਹਾਂ ਵੀ 100% ਅਸੀਂ ਡਿਵੈਲਪਮੈਂਟ ਜਿਹੜੀ ਉਹ ਕੰਪਲੀਟ ਕਰ ਲਈਏ ਆਪਣੇ ਇਲਾਕਿਆਂ ਦੀ। ਸਾਰੇ ਹੀ ਕੌਂਸਲਰ ਤਤਪਰ ਨੇ ਔਰ ਸਿੱਧੂ ਸਾਹਿਬ ਨੂੰ ਹਰ ਇੱਕ ਕੌਂਸਲਰ ਨੇ ਜਿੰਨੇ ਜਿੰਨੇ ਜੋ ਜੋ ਕੰਮ ਵੀ ਦੱਸਿਆ ਉਹ ਕੰਮ ਸਿੱਧੂ ਸਾਹਿਬ ਨੇ ਅਫਸਰਾਂ ਨੂੰ ਕਿਹਾ ਵੀ ਇਹਨਾਂ ਦੇ ਕੰਮ ਕਰਕੇ ਦਿੱਤੇ ਜਾਣ। ਜਿਵੇਂ ਸਾਡੇ ਸ਼ੈਲੀ ਵੀਰ ਜੀ ਕੌਂਸਲਰ ਨੇ ਵਾਰਡ ਨੰਬਰ 46 ਤੋਂ, ਸਰਦਾਰ ਅਜੀਤ ਸਿੰਘ ਜੀ ਭਾਟੀਆ ਕੌਂਸਲਰ ਸਾਹਿਬ ਸਾਡੇ, ਸਾਡੇ ਰਜਿੰਦਰ ਸੈਣੀ ਜੀ ਕੌਂਸਲਰ ਸਾਹਿਬ, ਸਾਰੇ ਸਾਥੀ ਹੋਰ ਵੀ ਕੌਂਸਲਰ ਸਾਥੀ ਅਜੇ ਅੰਦਰ ਨੇ ਉਹ ਵੀ ਆ ਰਹੇ ਨੇ। ਸੋ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸਿੱਧੂ ਸਾਹਿਬ ਨੇ ਅੱਜ ਮੀਟਿੰਗ ਸੱਦੀ ਸੀ। ਸੋ ਵਧੀਆ ਰਿਹਾ ਸਾਰੇ ਕੌਂਸਲਰਾਂ ਦੇ ਜੋ ਜੋ ਵੀ ਗਲੀਆਂ ਨਾਲੀਆਂ ਸੀਵਰੇਜ ਦੇ ਕੰਮ ਸੀ ਸਿੱਧੂ ਸਾਹਿਬ ਨੇ ਕਿਹਾ ਵੀ ਉਹ ਕਰਵਾ ਲਓ। ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਜਿਹੜੀ ਮੀਟਿੰਗ ਹੋਈ ਸਿੱਧੂ ਸਾਹਿਬ ਨਾਲ ਕੀ ਮੀਟਿੰਗ ਹੋਈ ਔਰ ਕਿਹਦੇ ਕਰਕੇ ਅੱਜ ਜਿਹੜੀ ਮੀਟਿੰਗ ਦੱਸੋ? ਮੈਂ ਦਮਨਦੀਪ ਸਿੰਘ ਕੌਂਸਲਰ ਵਾਰਡ ਨੰਬਰ 26 ਤੋਂ, ਇਹ ਸਾਡੇ ਜਸਵਿੰਦਰ ਸਿੰਘ ਲਾਡੋ ਪਹਿਲਵਾਨ ਜੀ ਕੌਂਸਲਰ ਵਾਰਡ ਨੰਬਰ 22 ਤੋਂ, ਰਜੇਸ਼ ਮੈਦਾਨ ਜੀ ਵਾਰਡ ਨੰਬਰ 32 ਤੋਂ ਸਾਡੇ ਕੌਂਸਲਰ ਅਮਰ ਪਹਿਲਵਾਨ ਜੀ ਵਾਰਡ ਨੰਬਰ 25 ਤੋਂ ਕੌਂਸਲਰ ਇਹ ਸਾਡੇ ਸਰਪੰਚ ਸਾਹਿਬ ਨੇ ਮੂਦਲ ਤੋਂ ਅੱਜ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਈਸਟ ਦੀ ਜਿਹੜੀ ਡਿਵੈਲਪਮੈਂਟ ਉਹਦੇ ਕੰਮਾਂ ਨੂੰ ਲੈ ਕੇ ਸਿੱਧੂ ਸਾਹਿਬ ਨੇ ਮੀਟਿੰਗ ਸੱਦੀ ਸੀ ਔਰ ਸਾਰੇ ਹੀ ਕੌਂਸਲਰ ਔਰ ਸਰਪੰਚ ਔਰ ਈਸਟ ਹਲਕੇ ਦੇ ਲੋਕ ਜਿਹੜੇ ਜਿਹੜੀਆਂ ਵੀ ਡਿਵੈਲਪਮੈਂਟ ਦੀਆਂ ਕੋਈ ਕਮੀਆਂ ਬਾਕੀ ਰਹਿ ਗਈਆਂ ਨੇ ਉਹ ਕੰਮ ਕਰਾਉਣ ਵਾਸਤੇ ਅੱਜ ਕੌਂਸਲਰਾਂ ਨੂੰ ਜਿਹੜਾ ਆ ਉਹਨਾਂ ਨੇ ਫੰਡ ਜਿਹੜੇ ਨੇ ਉਹ ਪੁੱਛਿਆ ਵੀ ਕਿੰਨੇ ਕਿੰਨੇ ਕੰਮ ਜਿਹੜੇ ਤੁਹਾਡੇ ਪੈਂਡਿੰਗ ਆ ਵੀ ਉਹ ਕਰਾ ਲਓ ਅਤੇ ਉਹ ਅਫਸਰਾਂ ਨੂੰ ਹੁਕਮ ਕੀਤਾ ਵੀ ਇਹਨਾਂ ਦੇ ਕੰਮ ਜਿਹੜੇ ਉਹ ਕਰ ਦਿੱਤੇ ਜਾਣ। ਉਹ 2022 ਦੀ ਇਲੈਕਸ਼ਨ ਆਉਣ ਵਾਲੀ ਹੈ, ਕਿਸ ਤਰ੍ਹਾਂ ਮਤਲਬ ਤਿਆਰੀਆਂ ਜਿਹੜੀਆਂ ਉਹਦੀਆਂ ਕੀਤੀਆਂ ਜਾ ਰਹੀਆਂ? ਉਹ ਤਾਂ ਵੇਖੋ ਜੀ ਕੌਂਸਲਰਾਂ ਦਾ ਕਰਮ ਤਿਆ ਸੇਵਾ ਕਰਨੀ, ਕੰਮ ਕਰਨਾ ਅਤੇ ਫਲ ਦੇਣਾ ਰੱਬ ਨੇ। ਸੋ ਅਸੀਂ ਹੁਣ ਕੌਂਸਲਰ ਜਿਹੜੇ ਅਸੀਂ ਆਲਰੇਡੀ ਲੱਗੇ ਹਾਂ ਅਤੇ ਅਸੀਂ ਆਪਣਾ ਫਰਜ਼ ਨਿਭਾਉਣ ਡੇ ਹਾਂ, ਸੇਵਾ ਕਰਨ ਡੇ ਹਾਂ। ਜਿੱਥੇ ਕੋਈ ਸੀਵਰ ਪੈਣ ਵਾਲਾ, ਪਾਣੀ ਦੀ ਪੈਪ ਪੈਣ ਵਾਲੀ ਆ, ਕੋਈ ਬਾਜ਼ਾਰ ਬਣਨ ਵਾਲਾ, ਗਲੀ ਬਣਨ ਵਾਲੀ ਆ, ਉਹ ਕੰਮ ਅਸੀਂ ਪੂਰੇ ਕਰਨ ਡੇ ਹਾਂ ਕਿਉਂਕਿ ਜਿਹੜਾ ਪਹਿਲਾਂ ਸਾਡਾ ਫਰਜ਼ ਆ ਅਸੀਂ ਉਹਨੂੰ ਪੂਰਾ ਕਰੀਏ ਅਤੇ ਫਿਰ ਹੀ ਕੋਈ ਅਗਲੀ ਗੱਲ ਕਰ ਸਕਦੇ ਹਾਂ। ਜਦੋਂ ਕੰਮ ਕੀਤੇ ਹੋਣਗੇ ਤਾਂ ਆਪੇ ਲੋਕ ਵੀ ਸਾਥ ਦੇਣਗੇ। ਸੋ ਇਸ ਕਰਕੇ ਅਸੀਂ ਡਿਵੈਲਪਮੈਂਟ ਜਿਹੜੀ ਆ ਚਾਹੁੰਦੇ ਹਾਂ ਵੀ 100% ਅਸੀਂ ਡਿਵੈਲਪਮੈਂਟ ਜਿਹੜੀ ਉਹ ਕੰਪਲੀਟ ਕਰ ਲਈਏ ਆਪਣੇ ਇਲਾਕਿਆਂ ਦੀ। ਸਾਰੇ ਹੀ ਕੌਂਸਲਰ ਤਤਪਰ ਨੇ ਔਰ ਸਿੱਧੂ ਸਾਹਿਬ ਨੂੰ ਹਰ ਇੱਕ ਕੌਂਸਲਰ ਨੇ ਜਿੰਨੇ ਜਿੰਨੇ ਜੋ ਜੋ ਕੰਮ ਵੀ ਦੱਸਿਆ ਉਹ ਕੰਮ ਸਿੱਧੂ ਸਾਹਿਬ ਨੇ ਅਫਸਰਾਂ ਨੂੰ ਕਿਹਾ ਵੀ ਇਹਨਾਂ ਦੇ ਕੰਮ ਕਰਕੇ ਦਿੱਤੇ ਜਾਣ। ਜਿਵੇਂ ਸਾਡੇ ਸ਼ੈਲੀ ਵੀਰ ਜੀ ਕੌਂਸਲਰ ਨੇ ਵਾਰਡ ਨੰਬਰ 46 ਤੋਂ, ਸਰਦਾਰ ਅਜੀਤ ਸਿੰਘ ਜੀ ਭਾਟੀਆ ਕੌਂਸਲਰ ਸਾਹਿਬ ਸਾਡੇ, ਸਾਡੇ ਰਜਿੰਦਰ ਸੈਣੀ ਜੀ ਕੌਂਸਲਰ ਸਾਹਿਬ, ਸਾਰੇ ਸਾਥੀ ਹੋਰ ਵੀ ਕੌਂਸਲਰ ਸਾਥੀ ਅਜੇ ਅੰਦਰ ਨੇ ਉਹ ਵੀ ਆ ਰਹੇ ਨੇ। ਸੋ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸਿੱਧੂ ਸਾਹਿਬ ਨੇ ਅੱਜ ਮੀਟਿੰਗ ਸੱਦੀ ਸੀ। ਸੋ ਵਧੀਆ ਰਿਹਾ ਸਾਰੇ ਕੌਂਸਲਰਾਂ ਦੇ ਜੋ ਜੋ ਵੀ ਗਲੀਆਂ ਨਾਲੀਆਂ ਸੀਵਰੇਜ ਦੇ ਕੰਮ ਸੀ ਸਿੱਧੂ ਸਾਹਿਬ ਨੇ ਕਿਹਾ ਵੀ ਉਹ ਕਰਵਾ ਲਓ। ਬਾਕੀ